ਉਧਰੋਂ ਆਉਣਾ ਬੰਦਾ ਦੂਜੇ ਬੰਨੇ ਨੂੰ ਇਹ ਆ ਜਾਣਿਆ ਹੁਣ ਇਹ ਕਿ ਬੰਦਾ ਆਉਣਾ ਜੇ ਜਿਹਨੇ ਮਰਨੀ ਇਹਨੂੰ ਇਹ ਉਹ ਆ ਗਿਆ ਨਾਲ ਹੀ ਉਹ ਵੇਖ ਲਓ ਉਹ ਨਾਲ ਉਹ ਵੇ ਇਹ ਉਹ ਮਾਰੀ ਉਹਨੇ ਪੰਜ ਤਿੰਨ ਨੂੰ ਸ਼ਾਸਤਰੀ ਮਾਰਕੀਟ ਦੇ ਵਿੱਚ ਇੱਕ ਰਣਦੀਪ ਸਿੰਘ ਨਾਮ ਦਾ ਜਿਹੜਾ ਐਕਸ ਇੰਪਲਾਈ ਸੀ ਮਿਊਂਸੀਪਲ ਕਮੇਟੀ ਦਾ ਐਸ ਟੀ ਓ ਸੀ ਉਹਦੇ 'ਚ ਉਹਦਾ ਦੁਪਹਿਰੇ ਕਰੀਬ ਪੌਣੇ ਕੁ 4 ਵਜੇ ਮਰਡਰ ਹੋ ਗਿਆ ਸੀ ਜਿਹੜਾ ਗੋਲੀ ਚਲਾ ਕੇ ਕੀਤਾ ਗਿਆ ਸੀ ਉਹਦੇ ਵਿੱਚ ਬਟਾਲਾ ਪੁਲਿਸ ਦੇ ਅਫਸਰਾਂ ਵੱਲੋਂ ਕਾਫੀ ਮਿਹਨਤ ਕੀਤੀ ਗਈ ਜਿਹੜਾ ਟਰੇਸ ਕੀਤਾ ਗਿਆ ਉਹਦੇ 'ਚ ਜਿਹੜਾ ਵਰਤਿਆ ਗਿਆ ਪਿਸਟਲ ਹੈ ਉਹ ਰਿਕਵਰ ਹੋ ਗਿਆ ਜਿਹੜਾ ਮੋਟਰਸਾਈਕਲ 'ਤੇ ਜਾ ਕੇ ਉਹਨੇ ਵਾਰਦਾਤ ਕੀਤੀ ਸੀ ਉਹ ਰਿਕਵਰ ਕਰ ਲਿਆ ਜਿਹੜਾ ਜਿੱਥੇ ਉਹਨੇ ਮੋਟਰਸਾਈਕਲ ਆਪਣੇ ਨੂੰ ਜਿਹੜਾ ਨੀਲੇ ਰੰਗ ਦਾ ਸੀ ਉਹਨੂੰ ਮਰਡਰ ਕਰਨ ਲਈ ਉਹਨੂੰ ਰੰਗ ਚੇਂਜ ਕੀਤਾ ਸੀ ਉੱਤੇ ਇੱਕ ਟੇਪ ਲਾਈ ਸੀ ਕਾਲੇ ਰੰਗ ਦੀ ਉਹ ਵੀ ਬਰਾਮਦ ਕਰ ਲਈ ਹੈ ਇਹਦੇ ਵਿੱਚ 2 ਮੁਲਜ਼ਮ ਅਰੈਸਟ ਕੀਤੇ ਗਏ ਨੇ ਹਰਮਨ ਸਿੰਘ ਜਿਹੜਾ ਹਰਮਨਦੀਪ ਸਿੰਘ ਜਿਹੜਾ ਮੁੰਡਾ ਇਹਦਾ ਮਰਨ ਵਾਲੇ ਦਾ ਸਕਾ ਭਤੀਜਾ ਇੱਕ ਉਹਦਾ ਡਰਾਈਵਰ ਸੁਖਜੀਤ ਸਿੰਘ ਜਿਹੜਾ ਮਰਡਰ ਹੈ ਇੱਕ ਇਕੱਠਾ ਚਾਚਾ ਭਤੀਜਾ ਇਕੱਠੇ ਬਿਜ਼ਨਸ ਕਰਦੇ ਸੀ ਉਹਦੇ ਵਿੱਚ ਜਿਹੜੀ ਇਹਨਾਂ ਕੰਪਨੀ ਬਣਾਈ ਸੀ ਉਹਦੇ ਵਿੱਚੋਂ ਕੁਛ ਫੰਡੇ ਆਪਣੇ ਡਿਵਰਟ ਕਰ ਲਏ ਨੇ ਆਪਣੇ ਪਰਸਨਲ ਯੂਜ਼ ਲਈ ਉਹ ਉਹਨਾਂ ਫੰਡ ਦੀ ਮੰਗ ਕਰਦਾ ਸੀ ਉਹ ਗੱਲੋਂ ਇਹਨਾਂ ਦਾ ਥੋੜ੍ਹਾ ਬਹੁਤਾ ਆਪਸੀ ਖਿੱਚੋਤਾਣ ਹੋਈ ਹੈ ਜਿਸ ਤੋਂ ਬਾਅਦ ਉਹਨੇ ਆਣ ਕੇ ਪੈਸੇ ਲਈ ਮਰਡਰ ਕਰਤਾ ਇਹਦੇ 315 ਬੋਰ ਦਾ ਦੇਸੀ ਪਿਸਟਲ ਸੀ ਜਿਹਦੇ ਨਾਲ ਫਾਇਰ ਕੀਤਾ ਗਿਆ ਔਰ ਇੱਕ ਹੀ ਫਾਇਰ ਕੀਤਾ ਗਲਤੀ ਹੋ ਗਈ ਜੀ ਸਾਡੇ ਕੋਲ